ਸਾਡਾ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਨਾ ਇਹ ਸਾਨੂੰ ਸਭ ਨੂੰ ਮਿਲਿਆ ਔਰ ਇਹਨੂੰ ਗਵਾਉਣਾ ਨਹੀਂ ਚਾਹੀਦਾ। 5 ਮਈ ਨੂੰ ਹੁਣ ਜਿੱਦਾਂ 2-3 ਦਿਨ ਹੀ ਰਹਿ ਗਏ ਆ, ਸਾਰੇ ਜਾਣੇ ਆਪਣੇ ਆਪਣੇ ਘਰਾਂ 'ਚੋਂ ਉੱਠੋ, ਆਪਣੇ ਨਜ਼ਦੀਕੀਆਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਮੋਟੀਵੇਟ ਕਰੋ ਕਿ ਵੋਟ ਜ਼ਰੂਰ ਪਾਉਣ ਆਓ, ਕਿਉਂਕਿ ਤੁਹਾਡੀ ਵੋਟ ਨੇ ਹੀ ਫੈਸਲਾ ਕਰਨਾ ਆ ਆਪਣੇ ਅਲਬਰਟਾ ਦੇ ਭਵਿੱਖ ਦਾ। ਸੋ ਅਗਰ ਅਸੀਂ ਆਪਣਾ ਅਲਬਰਟਾ ਦਾ ਫਿਊਚਰ ਬ੍ਰਾਈਟ ਚਾਹੁੰਦੇ ਹਾਂ ਤਾਂ ਆਪਣੇ ਵੋਟ ਦਾ ਇਸਤੇਮਾਲ ਕਰੋ। 6 months ago, Jim Prentice became premier. Just after that, oil prices collapsed, leaving Alberta with significant challenges. To break the oil price cycle, we must spend less, save much more, and diversify our economy. Layoffs are not statistics. They are our friends, our neighbors, and our family. To get through this, we will need a stable province with a strong economy that protects jobs. On May 5th, choose Alberta's future. Vote the Prentice team. Aaj assi Edmonton Manning halke ton ਗੁਰਚਰਨ ਸਿੰਘ ਗਰਚਾ ਜਿਹੜੇ ਕਿ ਪੀ ਸੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵੋਟਾਂ ਪੈਣ ਦੇ ਵਿੱਚ ਬਹੁਤ ਥੋੜ੍ਹਾ ਸਮਾਂ ਰਹਿੰਦਾ ਆ, ਆਓ ਉਹਨਾਂ ਨਾਲ ਗੱਲਬਾਤ ਕਰਦੇ। ਗਰਚਾ ਸਾਹਿਬ, ਸਾਡੇ ਜਿਹੜੇ ਟੀ ਵੀ ਦੇਖ ਰਹੇ ਆ ਇਸ ਵੇਲੇ ਪ੍ਰੋਗਰਾਮ, ਉਹਨਾਂ ਨੂੰ ਦੱਸੋ ਕਿ ਤੁਹਾਡਾ ਪਿਛੋਕੜ, ਬੈਕਗਰਾਊਂਡ ਜਿਹੜੀ ਆ ਆਪਣੇ ਬਾਰੇ ਦੱਸੋ, ਥੋੜ੍ਹਾ ਕੁਝ ਚਾਨਣਾ ਪਾਓ। ਹਾਂਜੀ, ਸਭ ਤੋਂ ਪਹਿਲਾਂ ਵਤਨ ਟੀ ਵੀ ਦੀ ਸਾਰੀ ਟੀਮ, ਹਰਜੀਤ ਜੀ, ਲਾਟ ਜੀ, ਅਸ਼ੋਕ ਜੀ, ਸਾਰਿਆਂ ਦਾ ਧੰਨਵਾਦ ਤੁਸੀਂ ਸਾਡੇ ਅੱਜ ਇਵੈਂਟ ਨੂੰ ਕਵਰ ਕਰਨ ਆਏ, ਔਰ ਸਾਰੇ ਵਤਨ ਟੀ ਵੀ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੇਰੇ ਪਿਛੋਕੜ ਦੀ ਗੱਲ ਕੀਤੀ ਆ, ਮੈਂ ਗੁਰਚਰਨ ਸਿੰਘ ਗਰਚਾ ਮੇਰਾ ਨਾਂ ਆ, ਔਰ ਮੈਂ ਤਕਰੀਬਨ 21 ਸਾਲ ਹੋ ਗਿਆ ਮੈਨੂੰ ਇੱਥੇ ਐਡਮਿੰਟਨ ਦੇ ਵਿੱਚ ਰਹਿੰਦੇ ਨੂੰ। ਮੈਂ ਨਵਾਂ ਸ਼ਹਿਰ ਦੇ ਕੋਲ ਪਿੰਡ ਆ ਗਰਚਾ, ਔਰ ਮੈਂ ਜਿਹੜੀ 10ਵੀਂ ਦੀ ਤੱਕ ਦੀ ਪੜ੍ਹਾਈ ਕੰਪਲੀਟ ਕੀਤੀ ਸੀ ਆਪਣੇ ਪਿੰਡ ਦੇ ਹਾਈ ਸਕੂਲ ਤੋਂ ਹੀ, ਔਰ ਉਸ ਤੋਂ ਬਾਅਦ BSc ਨੋਨ ਮੈਡੀਕਲ ਆਰ ਕੇ ਆਰੀਆ ਕਾਲਜ ਨਵਾਂ ਸ਼ਹਿਰ ਤੋਂ ਕੰਪਲੀਟ ਕੀਤੀ। ਉਸ ਤੋਂ ਬਾਅਦ MSc ਇਨ ਮੈਥਮੈਟਿਕਸ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ, ਔਰ BEd ਅਤੇ MEd ਜਿਹੜੀ ਆ ਉਹ ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ ਤੋਂ ਕੰਪਲੀਟ ਕੀਤੀ। ਇਹ ਮੇਰਾ ਪਿਛੋਕੜ ਸੀ ਇੰਡੀਆ ਦਾ, ਅਤੇ ਉਸ ਤੋਂ ਬਾਅਦ ਮੈਨੂੰ ਥੋੜ੍ਹਾ ਜਿਹਾ ਪੜ੍ਹਾਉਣ ਦਾ ਵੀ ਮੌਕਾ ਮਿਲਿਆ ਟੀਚਿੰਗ ਲਾਈਨ ਦੇ ਵਿੱਚ, ਔਰ ਉਸ ਤੋਂ ਬਾਅਦ ਫਿਰ ਮੈਂ ਇੱਥੇ ਕੈਨੇਡਾ ਦੇ ਵਿੱਚ ਆ ਗਿਆ, ਅਤੇ ਫਿਰ ਮੈਂ ਇੱਥੇ ਹੁਣ ਅੱਜ ਕੱਲ੍ਹ ਡਰਾਈਵਿੰਗ ਸਕੂਲ ਜਿਹੜਾ ਆ ਉਹ ਓਪਰੇਟ ਕਰ ਰਿਹਾ ਹਾਂ। ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਇੱਕ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਨਾਂ ਦੀ ਸੰਸਥਾ ਜਿਹੜੀ ਆ ਉਹ ਤਕਰੀਬਨ 11 ਸਾਲ ਹੋ ਗਏ ਸ਼ੁਰੂ ਕੀਤੀ, ਮੈਂ ਉਹਦਾ ਫਾਊਂਡਰ ਪ੍ਰੈਜ਼ੀਡੈਂਟ ਹੈਗਾ ਹਾਂ ਔਰ ਸਟਿਲ ਪ੍ਰੈਜ਼ੀਡੈਂਟ ਹਾਂ। ਔਰ ਉਹਦੇ ਵਿੱਚ ਸਾਡਾ ਜਿਹੜਾ ਮਿਸ਼ਨ ਹੈ ਸਾਡੀ ਫਾਊਂਡੇਸ਼ਨ ਦਾ ਇਹੀ ਆ ਕਿ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨਾ, ਆਪਣੀ ਕਲਚਰਲ ਐਜੂਕੇਸ਼ਨ ਦੇਣਾ, ਤਾਂ ਕਿ ਸਾਡੇ ਬੱਚੇ ਜਿਹੜੇ ਆ ਜਾਂ ਅਸੀਂ ਸਾਰੇ ਜਾਣੇ ਰਲ ਕੇ ਦੂਜਿਆਂ ਦੇ ਕਲਚਰਲ ਐਕਟੀਵਿਟੀਜ਼ ਦੇ ਵਿੱਚ ਵੀ ਇਨਵੋਲਵ ਹੋ ਸਕੇ, ਦੂਜਿਆਂ ਨੂੰ ਆਪਣੇ ਕਲਚਰ ਬਾਰੇ ਦੱਸ ਸਕੀਏ, ਔਰ ਸਾਂਝੇ ਤੌਰ 'ਤੇ ਸਾਰੇ ਜਿੰਨੀਆਂ ਵੀ ਕਮਿਊਨਿਟੀਜ਼ ਹੈਗੀਆਂ ਇਕੱਠੇ ਹੋ ਕੇ ਇੱਕ ਪਲੈਟਫਾਰਮ 'ਤੇ ਸਾਰਿਆਂ ਦੇ ਫੈਸਟੀਵਲ, ਸਾਰਿਆਂ ਦੇ ਦਿਨ ਤਿਉਹਾਰ ਅਸੀਂ ਇਕੱਠੇ ਹੋ ਕੇ ਮਨਾ ਸਕੀਏ, ਤਾਂ ਕਿ ਇੱਕ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ ਔਰ ਇੱਕ ਵਧੀਆ ਗੁੱਡ ਕੈਨੇਡੀਅਨ ਕਲਚਰ ਜਿਹਨੂੰ ਅਸੀਂ ਕਹਿੰਦੇ ਉਹ ਕ੍ਰੀਏਟ ਕਰ ਸਕੀਏ। ਹੁਣ ਤੁਸੀਂ ਸਿਆਸਤ ਦੇ ਵਿੱਚ ਪੈਰ ਰੱਖਿਆ ਆ, ਅਤੇ ਇਹਨਾਂ ਚੋਣਾਂ ਦੇ ਦੌਰਾਨ ਤੁਸੀਂ ਕਾਫੀ ਘਰਾਂ ਵਿੱਚ ਡੋਰ ਨੋਕਿੰਗ ਕੀਤੀ ਹੋਊਗੀ, ਗਏ ਹੋ ਗਏ, ਕਿਹੋ ਜਿਹੇ ਇਸ਼ੂ ਜਿਹੜੇ ਆ ਲੋਕ ਤੁਹਾਡੇ ਨਾਲ ਸਾਂਝੇ ਕਰ ਰਹੇ ਆ? ਡੋਰ ਨੋਕਿੰਗ ਦੇ ਵਿੱਚ ਤਕਰੀਬਨ ਸਾਨੂੰ ਕਾਫੀ ਲੰਬਾ ਸਮਾਂ ਹੋ ਗਿਆ ਡੋਰ ਨੋਕਿੰਗ ਕਰਦਿਆਂ ਨੂੰ, ਆਲਮੋਸਟ ਸਾਰੀ ਕੰਪਲੀਟ ਹੋ ਗਈ, ਅਤੇ ਸੈਕਿੰਡ ਜਿਹੜਾ ਚੱਕਰ ਹੈ ਉਹ ਸ਼ੁਰੂ ਹੋਏ ਆ, ਔਰ ਉਹਦੇ ਵਿੱਚ ਜਿਹੜੀਆਂ ਮੋਸਟਲੀ ਜਿਹੜੇ ਇਸ਼ੂਜ਼ ਹੈਗੇ ਆ ਇੱਥੇ ਐਜੂਕੇਸ਼ਨ ਦੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਸਕੂਲ ਦੀ ਬਹੁਤ ਘਾਟ ਹੈਗੀ ਆ ਇਸ ਏਰੀਆ ਦੇ ਵਿੱਚ ਸਾਡੀ ਰਾਈਡਿੰਗ ਦੇ ਵਿੱਚ, ਔਰ ਉਹਦੇ ਵਿੱਚ ਮੈਂ 3 ਸਕੂਲ ਜਿਹੜੇ ਆ ਉਹ ਇਸ ਏਰੀਆ ਦੇ ਵਿੱਚ ਡਿਫਰੈਂਟ ਏਰੀਆ ਜਿੱਥੇ ਰਿਕੁਆਇਰਮੈਂਟ ਹੈਗੀ ਆ ਮੈਂ ਲਿਆ ਰਿਹਾ, ਉਹਨਾਂ ਦੀ ਗੱਲ ਕੀਤੀ ਆ, ਔਰ ਉਸ ਤੋਂ ਬਾਅਦ ਜਿਹੜਾ ਆ ਬਾਕੀ ਜਿਹੜੀ ਆ ਐਂਥਨੀ ਹੈਂਡੀ ਦੇ ਹੈਗੇ ਆ ਉਹਦੀ ਕੰਪਲੀਸ਼ਨ ਜਿਹੜੀ ਹੈਗੀ ਆ ਵੀ ਇਨ ਫਾਸਟ ਪ੍ਰੋਸੈਸ ਹੋਣੀ ਚਾਹੀਦੀ ਆ, ਅਤੇ ਔਰ ਉਹਨਾਂ ਸਾਰਿਆਂ 'ਤੇ ਵਰਕਆਊਟ ਕਰਾਂਗੇ। ਮੈਂ ਸਾਰੇ ਵਤਨ TV ਦੇ ਦਰਸ਼ਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਨਿੰਗ ਹਲਕੇ ਤੋਂ ਗੁਰਚਰਨ ਸਿੰਘ ਗਰਚਾ ਜੋ ਕਿ ਸਾਡੇ ਹੋਣਹਾਰ ਉਮੀਦਵਾਰ ਹਨ, ਬੜੇ ਸੁਲਝੇ ਹੋਏ ਨੌਜਵਾਨ ਹਨ, ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ। ਅੱਜ ਮਿਤੀ 26 ਅਪ੍ਰੈਲ 2015 ਨੂੰ ਹੋਣ ਵਾਲੀ ਇਲੈਕਸ਼ਨ ਜੋ ਕਿ 5 ਮਈ 2015 ਨੂੰ ਹੋਣ ਜਾ ਰਹੀ ਹੈ, ਮਾਈਨਿੰਗ ਤੋਂ ਕੈਂਡੀਡੇਟ ਗੁਰਚਰਨ ਸਿੰਘ ਗਰਚਾ ਦੇ ਹੱਕ ਵਿੱਚ ਇਕੱਠ ਹੋਇਆ, ਅਤੇ ਉਸ ਇਕੱਠ ਨੂੰ ਵੇਖਦੇ ਹੋਏ ਸਪੋਰਟਰਾਂ ਦੀ ਸਪੋਰਟ ਅਤੇ ਵੋਟਰਸ ਦੇ ਉਤਸ਼ਾਹ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਗੁਰਚਰਨ ਸਿੰਘ ਗਰਚਾ ਦੀ ਜਿੱਤ ਯਕੀਨੀ ਹੈ, ਅਤੇ ਸਾਰੀਆਂ ਕਮਿਊਨਿਟੀਜ਼ ਨੂੰ ਇਹ ਵੋਟਰਾਂ ਅਤੇ ਸਪੋਰਟਰਸ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਐਜੂਕੇਟਿਡ ਅਤੇ ਓਨੈਸਟ ਪਰਸਨ ਦੀ ਸੋਚ ਦੇ ਵਿੱਚ ਹੁੰਗਾਰਾ ਭਰਨਾ ਅਤੇ ਉਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਾ। ਬਾਕੀ ਐਡਮਿੰਟਨ ਦੇ ਇਕੱਠ 'ਚੋਂ ਆਏ ਟਰਾਂਸਪੋਰਟਰਸ ਦਾ ਉਤਸ਼ਾਹ ਵੇਖ ਕੇ ਗੁਰਚਰਨ ਸਿੰਘ ਗਰਚਾ ਜਿੱਤ ਯਕੀਨੀ ਹੋਣ ਦੇ ਬਾਵਜੂਦ ਵਧਾਈ ਦੇ ਪਾਤਰ ਹਨ, ਅਤੇ ਉਹਨਾਂ ਦੇ ਸਪੋਰਟਰਸ ਨੇ ਇੱਕ ਕਿਹਾ, ਆਜ ਕੀ ਸ਼ਾਮ ਗਰਚਾ ਕੇ ਨਾਮ,
ਅਤੇ ਗਰਚਾ ਸਾਹਿਬ ਤੋਂ ਉਮੀਦ ਹੈ ਸਾਰੀ ਕਮਿਊਨਿਟੀ ਨੂੰ ਕਿ ਜਿੱਤ ਤੋਂ ਬਾਅਦ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕੀਤਾ ਜਾਵੇਗਾ ਅਤੇ ਗਰਚਾ ਸਾਹਿਬ ਇਸ ਜਿੱਤ ਦੇ ਅਤੇ ਇਸ ਕੈਂਡੀਡੇਟ ਹੋਣ ਦੇ ਹੱਕਦਾਰ ਹਨ ਕਿਉਂਕਿ ਅੱਜ ਦੇ ਯੁੱਗ ਵਿੱਚ ਪੜ੍ਹੇ ਲਿਖੇ ਅਤੇ ਇਮਾਨਦਾਰ ਹੋਣੇ ਇਨਸਾਨ ਬਹੁਤ ਘੱਟ ਮਿਲਦੇ ਹਨ। ਸੋ ਪੀ ਸੀ ਪਾਰਟੀ ਦੇ ਕੈਂਡੀਡੇਟ ਗੁਰਚਰਨ ਸਿੰਘ ਗਰਚਾ ਨੂੰ ਆਉਣ ਵਾਲੀ 5 ਮਈ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਅਤੇ ਸਾਰੇ ਭਾਈਚਾਰੇ ਦਾ ਇਸ ਵਿੱਚ ਭਲਾ ਅਤੇ ਤਰੱਕੀ ਹੋਵੇਗੀ। ਅਤੇ ਬਾਕੀ ਸਾਰੇ ਅਸੀਂ ਕਮਿਊਨਿਟੀਜ਼ ਦੇ ਵੋਟਰਸ ਨੂੰ ਕਿਹਾ ਜਾਂਦਾ ਹੈ ਕਿ ਵੋਟ ਪਾਉਣਾ ਮਿਸ ਨਹੀਂ ਕਰਨਾ, ਟਾਈਮ ਸਿਰ ਆ ਕੇ ਵੋਟਾਂ ਪਾਉਣੀਆਂ ਤਾਂ ਕਿ ਤੁਹਾਡੇ ਆਪਣੇ ਕੈਂਡੀਡੇਟ ਜਿੱਤ ਕੇ ਜਾਣ ਅਤੇ ਤੁਹਾਡੇ ਹੱਕਾਂ ਲਈ, ਤੁਹਾਡੇ ਆਉਣ ਵਾਲੇ ਕੱਲ੍ਹ ਦੇ ਭਵਿੱਖ ਲਈ ਇੱਕ ਨਵੀਂ ਸਿਰਜਣਾ ਕਰਨ। ਸੋ ਇਹ ਸਾਰੇ ਹੀ ਟਰਾਂਸਪੋਰਟਰਸ, ਬਾਕੀ ਭਾਈਚਾਰੇ ਦੇ ਵੋਟਰਸ ਆਏ ਹੋਏ ਹਨ, ਇਹ ਗੁਰਚਰਨ ਸਿੰਘ ਗਰਚਾ ਦੇ ਹੱਕ ਵਿੱਚ ਹਨ। ਗੁਰਚਰਨ ਸਿੰਘ ਗਰਚਾ ਦਾ ਇੱਕ ਪ੍ਰਣ ਹੈ ਕਿ ਜਿੱਤ ਤੋਂ ਬਾਅਦ ਰਾਜ ਨਹੀਂ ਸੇਵਾ, ਮੈਂ ਇਹਨਾਂ ਲੋਕਾਂ ਦਾ ਚੌਂਕੀਦਾਰਾ ਕਰਾਂਗਾ, ਜੋ ਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਿੱਤ ਤੋਂ ਬਾਅਦ ਹਰ ਇੱਕ ਇਨਸਾਨ ਆਪਦੀ ਪਾਵਰ ਦੇ ਵਿੱਚ ਉਸ ਚੀਜ਼ਾਂ ਸਭ ਭੁੱਲ ਜਾਂਦਾ ਹੈ। ਪਰ ਗਰਚਾ ਸਾਹਿਬ ਨੇ ਕਿਹਾ ਕਿ ਮੈਂ ਇਹਨਾਂ ਲੋਕਾਂ ਦਾ ਚੌਂਕੀਦਾਰਾ ਕਰਾਂਗਾ, ਇਹਨਾਂ ਦੀ ਕੇਅਰ ਕਰਾਂਗਾ। ਸੋ ਆਪਣਾ ਵੀ ਹੱਕ ਬਣਦਾ ਹੈ ਸਾਰੇ ਵੋਟਰਸ ਦਾ ਵੀ ਆਪਾਂ ਅੱਜ ਉਹਨਾਂ ਦੇ ਨਾਲ ਇੱਕਮੁੱਠ ਹੋ ਕੇ ਚੱਲੀਏ ਅਤੇ ਉਹਨਾਂ ਦੀ ਜੀ ਆਪਾਂ ਸਾਰੀ ਕਮਿਊਨਿਟੀ ਜਿਹੜੀ ਹੈਗੀ ਆ ਗੁਰਚਰਨ ਗਰਚਾ ਜੀ ਦੀ ਹਮਾਇਤ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ ਅਤੇ ਆਓ ਸਾਰੇ ਰਲ ਕੇ ਇਹਨਾਂ ਦੀ ਆਪਾਂ ਹਮਾਇਤ ਕਰੀਏ। ਬੜੇ ਪੜ੍ਹੇ ਲਿਖੇ ਅਤੇ ਸੂਝਵਾਨ ਉਮੀਦਵਾਰ ਨੇ ਅਤੇ ਮੈਨਿੰਗ ਹਲਕੇ ਤੋਂ, ਅਤੇ ਆਓ ਆਪਾਂ ਕਿਉਂ ਨਾ ਇਹਨਾਂ ਦੀ ਹੈਲਪ ਕਰੀਏ।